ਮੈਂ ਧੰਨਵਾਦ ਕਰਦਾ ਬਹੁਤ ਬਹੁਤ ਸਾਰੀ ਜਿੰਨੇ ਵੀ ਇੱਥੇ ਮੈਂਬਰ ਇਕੱਠੇ ਹੋਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਸੀਂ ਇੱਥੇ ਖੁਦਾ ਦੇ ਨਾਂ ਨੂੰ ਵਡਿਆਈ ਦੇਣ ਲਈ ਇਕੱਠੇ ਹੋਏ ਸਾਰੇ। ਇੱਥੇ ਰਿਜੋ ਕਲਾਵਰੀਆ ਤੋਂ ਪ੍ਰਦੀਪ ਆਇਆ ਸਾਡੇ ਕੋਲ, ਜਾਣੀ ਕਿ ਬਹੁਤ ਦੂਰ ਆ ਜੀ, 1300 ਕਿਲੋਮੀਟਰ ਦੂਰ ਆ ਇੱਥੇ। ਸਿਰਫ ਖੁਦਾ ਦੇ ਨਾਂ ਨੂੰ ਦੀ ਵਡਿਆਈ ਕਰਨ ਲਈ ਇੱਥੇ ਇਕੱਠੇ ਹੋਏ ਅਸੀਂ। ਅਤੇ ਅਸੀਂ ਇੱਥੇ ਮਸੀਹੀ ਮਹਿਫਲ ਅੱਜ ਜੋ ਵੀ ਲੱਗੀ ਆ, ਅਸੀਂ ਕਹਿੰਦੇ ਹਾਂ ਸਾਰੇ ਜਾਣੇ ਬਹੁਤ ਇਹ ਤੋਂ ਬਰਕਤ ਪਾਉਣ, ਜਿੰਨੇ ਵੀ ਗਲੋਰੀ ਟੀ ਵੀ 'ਤੇ ਦੇਖਣ ਸਾਰੇ ਬਰਕਤ ਪਾਉਣ, ਬੜੇ ਧਿਆਨ ਨਾਲ ਇਹਨੂੰ ਸੁਣਨ। ਕਹਿੰਦੇ ਸੁਣਨਾ ਅਸੀਂ ਮਸੀਹ ਦੇ ਵਚਨ ਵਿੱਚੋਂ ਅਤੇ ਖੁਦਾ ਦੇ ਨਾਂ ਨੂੰ ਜਲਾਲ ਦੇਣਾ। ਅਤੇ ਸਾਨੂੰ ਬਰਕਤ ਤਾਂ ਮਿਲ ਸਕਦੀ ਹੈ ਜੇ ਅਸੀਂ ਮੰਨ ਲਓ ਉਹਨੂੰ ਧਿਆਨ ਨਾਲ ਸੁਣਾਂਗੇ ਅਤੇ ਉਹ 'ਤੇ ਅਮਲ ਕਰਾਂਗੇ। ਹਾਲੇਲੂਯਾ, ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਇਸ ਸਾਰੇ ਅਰੇਂਜਮੈਂਟ ਦੇ ਲਈ ਔਰ ਪੂਰੇ ਗਲੋਰੀ ਪਰਿਵਾਰ ਦੇ ਲਈ ਜਿੰਨੇ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ। ਔਰ ਇਹ ਮੇਰਾ ਵਿਸ਼ਵਾਸ ਆ ਕਿ ਜੋ ਵੀ ਇਨਸਾਨ ਇਸ ਪ੍ਰੋਗਰਾਮ ਨੂੰ ਦੇਖੂਗਾ ਔਰ ਇਹਨਾਂ ਗੀਤਾਂ ਭਜਨਾਂ ਨੂੰ ਸੁਣੂਗਾ ਉਹ ਜ਼ਰੂਰ ਬਰਕਤ ਪਾਊਗਾ, ਕਿਉਂਕਿ ਬਾਈਬਲ ਦਾ ਵਚਨ ਆ ਕਿ ਵਿਸ਼ਵਾਸ ਸੁਣਨਾ ਆਉਂਦਾ ਔਰ ਸੁਣਨਾ ਮਸੀਹ ਦੇ ਵਚਨ ਤੋਂ ਆ। ਔਰ ਜੋ ਵੀ ਅਸੀਂ ਗੀਤ ਭਜਨ ਗਾ ਰਹੇ ਹਾਂ ਉਹ ਸਿਰਫ ਸਾਡੇ ਯਹੋਵਾ ਪਰਮੇਸ਼ਰ ਦੇ, ਉਹਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਔਰ ਪਵਿੱਤਰ ਆਤਮਾ ਦੀ ਮਹਿਮਾ ਦੇ ਲਈ ਆ, ਕਿਉਂਕਿ ਬਾਈਬਲ ਦੇ ਵਿੱਚ ਸਾਡੇ ਵਾਸਤੇ ਇਹ ਵਚਨ ਦਿੱਤਾ ਗਿਆ ਆ ਕਿ ਆਦਰ ਮਹਿਮਾ ਲੈਣ ਦੇ ਯੋਗ ਜੋ ਹੈ ਤਾਂ ਉਹ ਸਿਰਫ ਪਰਮੇਸ਼ਰ ਆ ਔਰ ਉਸ ਤੋਂ ਉੱਪਰ ਕੋਈ ਨਹੀਂ ਆ, ਕਿਉਂਕਿ ਬਾਈਬਲ ਦੇ ਵਿੱਚ ਸਾਨੂੰ ਦੱਸਿਆ ਗਿਆ ਆ ਕਿ ਉਸ ਆਕਾਸ਼ ਦੇ ਥੱਲੇ ਔਰ ਇਸ ਧਰਤੀ ਦੇ ਉੱਤੇ ਕੋਈ ਦੂਸਰਾ ਨਾਮ ਨਹੀਂ ਦਿੱਤਾ ਗਿਆ ਕਿ ਜਿਸ ਤੋਂ ਸਾਨੂੰ ਮੁਕਤੀ ਮਿਲਦੀ ਹੈ, ਛੁਟਕਾਰਾ ਮਿਲਦਾ, ਪਾਪਾਂ ਦੀ ਮਾਫ਼ੀ ਮਿਲਦੀ। ਸਿਰਫ ਇੱਕੋ ਨਾਮ ਦਿੱਤਾ ਗਿਆ ਆ ਔਰ ਆ ਪ੍ਰਭੂ ਯਿਸੂ ਮਸੀਹ ਦਾ ਨਾਮ। ਔਰ ਹੁਣ ਅਸੀਂ ਉਸ ਮਹਾਨ ਨਾਮ ਦੇ ਵਿੱਚ ਅਸੀਂ ਪ੍ਰੇਅਰ ਕਰਾਂਗੇ। ਧੰਨਵਾਦ ਕਰਦੇ ਹਾਂ ਮੇਰੇ ਖੁਦਾਵੰਦ ਪਿਤਾ ਪਰਮੇਸ਼ਰ, ਤੇਰਾ ਧੰਨਵਾਦ ਕਰਦੇ ਹਾਂ ਇਸ ਕਲੀਸੀਆ ਦੇ ਲਈ, ਇਸ ਮਹਿਫਲ ਦੇ ਲਈ ਕਿ ਜੋ ਤੇਰੇ ਨਾਮ ਦੇ ਲਈ, ਤੇਰੇ ਨਾਮ ਨੂੰ ਜਲਾਲ ਦੇਣ ਦੇ ਲਈ ਇੱਥੇ ਲੱਗੀ ਗਈ ਹੈ। ਔਰ ਮੈਂ ਧੰਨਵਾਦ ਕਰਦਾ ਗਲੋਰੀ ਟੀ ਵੀ ਦੇ ਲਈ ਮੇਰੇ ਖੁਦਾਵੰਦ ਪਿਤਾ ਪਰਮੇਸ਼ਰ, ਕਿਉਂਕਿ ਗਲੋਰੀ ਦਾ ਮਤਲਬ ਹੀ ਇਹ ਆ ਕਿ ਤੂੰ ਮਹਿਮਾ ਦਾ ਜੋ ਗਿਆ, ਤੇਰਾ ਧੰਨਵਾਦ ਕਰਦਾ ਕਿ ਸਾਰੀ ਮਹਿਮਾ ਤੇਰੇ ਲਈ ਆ। ਔਰ ਪੂਰੇ ਗਲੋਰੀ ਪਰਿਵਾਰ ਦੇ ਲਈ ਮੈਂ ਤਾਂ ਧੰਨਵਾਦ ਕਰਦਾ ਕਿ ਜੋ ਵੀ ਇਨਸਾਨ ਇਹਨਾਂ ਕੀਤਾ ਭਜਨ ਸੁਣੇ ਉਹ ਤੇਰੀਆਂ ਬਰਕਤਾਂ ਪਾਵੇ। ਸਾਰਾ ਇੱਜ਼ਤ, ਸਾਰੀ ਮਹਿਮਾ, ਸਾਰਾ ਮਾਣ ਮੈਂ ਤੇਰੇ ਨਾਂ ਦਿੰਦਾ। ਔਰ ਗੀਤ ਜਿਨ੍ਹਾਂ ਨੇ ਗੀਤ ਗਾਣੇ ਪ੍ਰਭੂ ਜੀ, ਉਹਨਾਂ ਨੂੰ ਤੇਰੇ ਬੇਟੇ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਲਹੂ ਦੇ ਵਿੱਚ ਢੱਕਦਾ ਹਾਂ ਔਰ ਉਹਨਾਂ ਨੂੰ ਤੇਰੇ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਰੱਖਦਾ ਪ੍ਰਭੂ ਜੀ, ਕਿਉਂਕਿ ਬੋਲਣ ਵਾਲੇ ਅਸੀਂ ਨਹੀਂ ਹਾਂ, ਬੋਲਣ ਵਾਲਾ ਤੇਰਾ ਆਤਮਾ ਆ। ਮੈਂ ਤੇਰਾ ਧੰਨਵਾਦ ਕਰਦਾ ਕਿ ਆਪਣਾ ਪਵਿੱਤਰ ਆਤਮਾ ਇਹਨਾਂ ਨੂੰ ਦੇ ਇਸੇ ਟਾਈਮ ਮੇਰੇ ਖੁਦਾ ਪ੍ਰਭੂ ਜੀ, ਇਹਨਾਂ ਸਾਰਿਆਂ ਦੀ ਜ਼ੁਬਾਨਾਂ ਨੂੰ, ਇਹਨਾਂ ਦੇ ਗਲਿਆਂ ਨੂੰ ਮੈਂ ਤੇਰੇ ਬੇਟੇ ਪ੍ਰਭੂ ਯਿਸੂ ਮਸੀਹ ਨਾਸਰੀ ਨਾਮ ਦੇ ਵਿੱਚ ਪਵਿੱਤਰ ਆਤਮਾ ਦੇ ਲਈ ਖੋਲਦਾ ਹਾਂ ਕਿ ਜੋ ਵੀ ਬੋਲਿਆ ਜਾਵੇ, ਜੋ ਵੀ ਗਾਇਆ ਜਾਵੇ, ਉਹ ਸਿਰਫ ਤੇਰੀ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਵਿੱਚ ਹੋਵੇ ਔਰ ਤੇਰੀ ਪਵਿੱਤਰ ਆਤਮਾ ਦੇ ਗਲੇ ਦੇ ਰਾਹੀਂ ਆਵੇ, ਕਿਉਂਕਿ ਉਹਦੇ ਤੋਂ ਉੱਪਰ ਕਲਾਕਾਰ ਹੋਰ ਕੋਈ ਨਹੀਂ ਆ, ਉਹ ਤੋਂ ਉੱਪਰ ਸਿਖਾਲਣ ਵਾਲਾ ਹੋਰ ਕੋਈ ਨਹੀਂ ਆ, ਉਹ ਤੋਂ ਉੱਪਰ ਮਸਾ ਦੇਣ ਵਾਲਾ ਹੋਰ ਕੋਈ ਨਹੀਂ ਆ। ਮੈਂ ਤੇਰਾ ਧੰਨਵਾਦ ਕਰਦਾ ਹੋਣ ਦੇ ਕਿ ਜਦੋਂ ਗੀਤ ਭਜਨ ਗਾਏ ਜਾਣ ਪ੍ਰਭੂ ਜੀ, ਸਾਰਾ ਇੱਜ਼ਤ, ਸਾਰੀ ਮਹਿਮਾ, ਸਾਰਾ ਮਾਨ, ਸਾਰਾ ਜਲਾਲ ਤੇਰੇ ਨਾਮ ਨੂੰ ਮਿਲੇ ਤਾਂ ਜੋ ਪੁੱਤਰ ਦੇ ਨਾਂ ਦੇ ਵਿੱਚ ਪਿਤਾ ਦੀ ਮਹਿਮਾ ਔਰ ਵਡਿਆਈ ਕੀਤੀ ਜਾਵੇ। ਹਰ ਉਸ ਸੁਣਨ ਵਾਲੇ ਨੂੰ ਆਪਣੇ ਮਸੇ ਦੇ ਵਿੱਚ ਰੱਖ ਮੇਰੇ ਖੁਦਾ ਪ੍ਰਭੂ ਜੀ, ਤਾਂ ਜੋ ਉਹ ਇਨਸਾਨ ਬਚਾਇਆ ਜਾਵੇ। ਮੈਂ ਧੰਨਵਾਦ ਕਰਦਾ ਹੋਇਆ ਇਸ ਪ੍ਰਾਰਥਨਾ ਨੂੰ ਗੁਰੂ ਯਿਸੂ ਮਸੀਹ ਨਾਸਰੀ ਦੇ ਜ਼ਿੰਦਾ ਔਰ ਜਲਾਲੀ ਨਾਮ ਦੇ ਵਿੱਚ ਹੋ ਕੇ ਮੰਗਦਾ ਹਾਂ, ਆਮੈਨ। ਹਾਲੇਲੂਯਾ, ਅਸੀਂ ਪਰਮੇਸ਼ਵਰ ਦੀ ਵਡਿਆਈ ਦੇ ਲਈ ਗੀਤ ਗਾਵਾਂਗੇ। ਗੀਤ ਦੇ ਬੋਲ ਆ, ਮੈਨੂੰ ਕਿਤੋਂ ਵੀ ਨਜ਼ਰ ਨਾ ਆਵੇ ਯਿਸੂ ਜਿਹਾ ਹੋਰ ਨਹੀਂ। Thank you.
ਤੇਰੀ ਨਾ ਯਾਦੇ ਮੈਨੂੰ ਕਿਤੋਂ ਵੀ ਨਜ਼ਰ ਨਾ ਯਾਦੇ ਯਿਸੂ ਜੇ ਆਹੋ ਕਿਹੜਾ ਪਾਪੀਆਂ ਨੂੰ ਸੀਨੇ ਨਾਲ Yeah.
ਉਹਨਾਂ ਨੂੰ ਬੜੇ ਅਸੀਂ ਧਿਆਨ ਨਾਲ ਸੁਣਾਂਗੇ ਅਤੇ ਉਹ ਤੋਂ ਬੜੀ ਬਰਕਤ ਪਾਵਾਂਗੇ। ਬੰਦੇ ਕਿਉਂ ਨਹੀਂ ਮੁਕਤੀ ਦਾ ਰਾਹ ਟੋਲਦਾ, ਯੇਸੂ ਦਾ ਕਲਾਮ ਪਿਆ ਸੱਚ ਬੋਲਦਾ। ਸ਼ਾਇਦ ਤੁਸੀਂ ਬਹੁਤ ਵਾਰੀ ਇਹ ਗੀਤ ਸੁਣਿਆ ਹੋਊਗਾ, ਪਰ ਜੇ ਇਹਨੂੰ ਮਤਲਬ ਧਿਆਨ ਨਾਲ ਇਹਦੇ ਜਿਹੜੇ ਵਚਨ ਆ ਐਤਾਂ ਦਿੱਤੀਆਂ ਹੋਈਆਂ ਉਹਨੂੰ ਧਿਆਨ ਨਾਲ ਸੁਣਾਂਗੇ ਤਾਂ ਬਹੁਤ ਜ਼ਿਆਦਾ ਬਰਕਤ ਪਾਵਾਂਗੇ, ਕਿਉਂਕਿ ਅਸੀਂ ਇਹ ਤੋਂ ਬਹੁਤ ਬਰਕਤ ਪਾਈ ਆ। ਜਾਣੀ ਜਾਣ ਤੂੰ ਸਭ ਕੁਝ ਜਾਣਦਾ ਏ, ਤੇ ਕਿਹੜੀ ਗੱਲ ਦਾ ਤੇਥੋਂ ਲੁਕੋ ਯੇਸੂ, ਬੜੀ ਸਭਾ ਵਿੱਚ ਰੱਖਣੀ ਲਾਜ ਮੇਰੀ। ਇਹ ਤੇਰੇ ਨਾਲ ਹੈ ਡਾਡੜਾ ਮੋ ਯੇਸੂ, ਕੰਨ ਲਗਾ ਜਦ ਰਾਜੀ ਰੱਬ ਨੂੰ ਦੋਸ਼ ਲਾਉਣ ਲੱਗੇ ਵਿੱਚ ਮੇਰੇ, ਰੋ ਰੋ ਕੀਤੀ ਫਰਿਆਦ ਯੇਸੂ ਨੂੰ, ਦੁੱਖ ਦੋਸ਼ਾਂ ਦਰਦ ਮੇਰੇ ਯੇਸੂ ਆਖਿਆ, ਦਾਸ ਮਾਲਿਕ ਤੋਂ ਵੱਡਾ ਨਹੀਂ, ਜੋ ਪਹਿਲਾਂ ਕਰ ਸੀ ਹੁਣ ਕਰਨ ਬੰਦੇ ਰਹੇ, ਉਹ ਬੱਚੀ ਖੌਫ ਨਾ ਖਾਵੀ ਖੁਸ਼ੀਆਂ ਮਨਾਵੀ, ਫਲ ਸਰੀਰ ਰਾਜ ਵਿੱਚ ਬਣ ਬੰਦੇ ਕਿਉਂ ਨਹੀਂ ਮੁਕਤੀ ਦਾ ਰਾਹ ਟੋਲਦਾ, ਬੰਦੇ ਕਿਉਂ ਨਹੀਂ ਮੁਕਤੀ ਦਾ ਰਾਹ ਟੋਲਦਾ।
Thank you.
ਸਭ ਹੁਣ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ। ਅੱਜ ਅਸੀਂ ਜੇ ਆਏ ਹਾਂ ਉਹਦੇ ਦਰ 'ਤੇ ਖੁਦਾ ਦੇ ਖਾਦਮ, ਜਿੱਦਾਂ ਮੇਰੀ ਜ਼ਿੰਦਗੀ ਪਾਸ ਰਿੰਕੂ ਦੇ ਜ਼ਰੀਏ ਬਦਲੀ, ਮੈਂ ਪਰਮੇਸ਼ੁਰ ਨੂੰ ਕਬੂਲ ਕੀਤਾ। ਜੇ ਮੈਂ ਥੱਕਿਆ ਮੰਦਿਆ ਸੀਗਾ ਮੈਂ ਉਹਦੇ ਦਰ 'ਤੇ ਆਇਆ, ਉਹਨੇ ਮੇਰੇ ਸਾਰੇ ਬੋਝ ਚੱਕ ਲਏ। ਇੱਦਾਂ ਅੱਜ ਜੋ ਵੀ ਉਹਦੇ ਦਰ 'ਤੇ ਆਇਆ ਵਾ, ਚਾਹੇ ਕਿਸੇ ਦੇ ਜ਼ਰੀਏ ਆਇਆ, ਆਤਮਾ ਦੇ ਜ਼ਰੀਏ, ਪਰਮੇਸ਼ੁਰ ਦੇ ਕਿਸੇ ਦੇ ਜ਼ਰੀਏ, ਪਰਮੇਸ਼ੁਰ ਨੇ ਉਹਦੀ ਜ਼ਿੰਦਗੀ 'ਚ ਕੰਮ ਕੀਤਾ, ਉਹਨੂੰ ਦੱਸਣਾ ਚਾਹੀਦਾ, ਲੋਕਾਂ ਨੂੰ ਗਵਾਹੀ ਦੇਣੀ ਚਾਹੀਦੀ, ਚਾਹ ਕੇ ਜਿੱਦਾਂ ਉਹਦੀ ਜ਼ਿੰਦਗੀ ਬਦਲੀ ਹੋਰਾਂ ਦੀ ਬਦਲੀ। ਇੱਦਾਂ ਅਸੀਂ ਸਾਡੀ ਜ਼ਿੰਦਗੀ ਬਦਲੀ ਆ, ਅਸੀਂ ਗੀਤਾਂ ਦੇ ਜ਼ਰੀਏ ਜਿਹੜਾ ਸਾਨੂੰ ਪਰਮੇਸ਼ੁਰ ਨੇ ਤੋੜਾ ਦਿੱਤਾ ਉਹਦੇ ਜ਼ਰੀਏ, ਹਰ ਇੱਕ ਨੂੰ ਉਹਦਾ ਨਾਮ ਤਲਾਲ, ਕਿਉਂਕਿ ਸਾਡੇ ਗੀਤਾਂ ਦੇ ਜ਼ਰੀਏ, ਸਾਡੇ ਬੱਚੇ ਦੇ ਜ਼ਰੀਏ, ਸਾਡੀ ਗਵਾਹੀ ਦੇ ਜ਼ਰੀਏ ਹੋਰ ਲੋਕ ਬਚਣ, ਉਹਦਾ ਹੀ ਨਾਮ ਜਲਾਲ ਪਾਵੇ। ਇੰਨਾ ਮੈਂ ਬੋਲਣ ਜਾ ਰਿਹਾ, ਉੱਤੇ
We'll be right back.
ਪਾਣੀਆਂ ਦੇ ਹੈ ਨਹੀਂ ਸੀ ਤਾਂ ਪਰਮੇਸ਼ਰ ਦਾ ਆਤਮਾ ਪਾਣੀਆਂ ਉੱਤੇ ਸਿਉਂਦਾ ਸੀ ਤਾਂ ਪਰਮੇਸ਼ਰ ਨੇ ਪਹਿਲਾਂ ਮੂੰਹ ਚੋਂ ਲਫ਼ਜ਼ ਕੱਢਿਆ ਕਿ ਹਨੇਰੇ ਚਾਨਣ ਚਮਕੇ ਉਹ ਚਾਨਣ ਜਿਹੜਾ ਦੇਹਧਾਰੀ ਹੋ ਕੇ ਉਹ ਸ਼ਬਦ ਜਿਹੜਾ ਪਹਿਲਾਂ ਪਰਮੇਸ਼ਰ ਨੇ ਮੂੰਹੋਂ ਬੋਲਿਆ ਸੀ ਉਹ ਦੇਹਧਾਰੀ ਹੋ ਕੇ ਸਾਡੇ ਪਾਪਾਂ ਦੀ ਖਾਤਰ ਆਇਆ ਅਤੇ ਸਾਡੀ ਖਾਤਰ ਉਹਨੇ ਜਾਨ ਦਿੱਤੀ ਜਿਹਨੇ ਕਿਹਾ ਜਿਉਣ ਦੀ ਰੋਟੀ ਮੈਂ ਹਾਂ ਜਿਹਨੇ ਕਿਹਾ ਜਗਤ ਦਾ ਚਾਨਣ ਮੈਂ ਹਾਂ ਜੋ ਮੇਰੇ ਪਿੱਛੇ ਤੁਰਦਾ ਕਦੇ ਹਨੇਰੇ 'ਚ ਨਾ ਰਹੂਗਾ ਵਾਕਿਆ ਉਹ ਚਾਨਣ ਜਿਹਦੇ ਦਿਲ ਵਿੱਚ ਆ ਜਾਂਦਾ ਉਹ ਕਦੇ ਹਨੇਰੇ 'ਚ ਨਹੀਂ ਰਹਿੰਦਾ ਉਸੇ ਚਾਨਣ ਦੀ ਅਸੀਂ ਤਾਰੀਫ ਕਰਦੇ ਹਾਂ ਕਿਉਂਕਿ ਉਹਨੇ ਸਾਡੀ ਖਾਤਰ ਜਾਨ ਦਿੱਤੀ ਆ ਉਹਨੇ ਸਾਡੇ ਹਾਲ ਉੱਤੇ ਦੇਖ ਕੇ ਆਪਣੇ ਆਪ ਨੂੰ ਜ਼ੀਰੋ ਕਰ ਲਿਆ ਜ਼ਮੀਨ ਔਰ ਆਸਮਾਨ ਦਾ ਅਖਤਿਆਰ ਹੁੰਦਿਆਂ ਹੋਇਆ ਸਾਡੀ ਖਾਤਰ ਜ਼ੀਰੋ ਹੋਇਆ ਸੂਲੀ ਦੀ ਮੌਤ ਤਾਈਂ ਵਫ਼ਾਦਾਰ ਰਿਹਾ ਇਸੇ ਤਰ੍ਹਾਂ ਸਾਨੂੰ ਵੀ ਹਰੇਕ ਨੂੰ ਦੂਜੇ ਦੇ ਹਾਲ ਉੱਤੇ ਦੇਖ ਕੇ ਪਰਮੇਸ਼ੁਰ ਦਾ ਵਚਨ ਦੱਸਣਾ ਚਾਹੀਦਾ ਦਲੇਰੀ ਨਾਲ ਨਾ ਮੌਤ ਦੀ ਪਰਵਾਹ ਕਰਦੇ ਹੋਏ ਕਿਉਂਕਿ ਪਰਮੇਸ਼ੁਰ ਦੇ ਪਿਆਰ ਤੋਂ ਸਾਨੂੰ ਨਾ ਮੌਤ ਨਾ ਭੁੱਖ ਨਾ ਭੋਜਨ ਰੋਮੀਓ ਦਾ 8 ਬਾਪ ਉਹਦੀ 34-35-36-37-38 ਆਇਤ ਦੇ ਵਿੱਚ ਲਿਖਿਆ ਕਿਹੜੀ ਚੀਜ਼ ਸਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਅੱਡ ਕਰ ਸਕਦੀ ਹੈ ਕੋਈ ਚੀਜ਼ ਨਹੀਂ ਨਾ ਹਕੂਮਤਾਂ ਨਾ ਦੂਤ ਨਾ ਕੁਛ ਹੋਰ ਯੇ ਤੂੰ ਰੋਕ ਲਿਆ ਮੇਰਾ ਤੇਰਾ ਤੇ ਨਾਲ ਨਹੀਂ
ਹਾਲੇਲੂਯਾ 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 ਪਰਮੇਸ਼ਵਰ ਦਾ ਧੰਨਵਾਦ ਹੋਵੇ ਕਿ ਉਹਨੇ ਸਾਨੂੰ ਇਸ ਜਗ੍ਹਾ ਦੇ ਉੱਤੇ ਆਪਣੀ ਪ੍ਰਸਤਿਸ਼ ਕਰਨ ਦੇ ਲਈ ਅੱਜ ਇਕੱਠਿਆਂ ਕੀਤਾ। ਪਰਮੇਸ਼ਵਰ ਦਾ ਧੰਨਵਾਦ ਹੋਵੇ ਕਿ ਉਹਨੇ ਸਾਨੂੰ ਆਪਣੇ ਕੰਮਾਂ ਦੇ ਵਿੱਚ ਇਸਤੇਮਾਲ ਕਰਦਾ ਪਿਆ। ਪਰਮੇਸ਼ਵਰ ਦਾ ਧੰਨਵਾਦ, ਉਹਦਾ ਸ਼ੁਕਰ ਕਰਦੇ ਹਾਂ। ਅਤੇ ਹੁਣ ਅਸੀਂ ਗੀਤ ਗਾਉਣ ਜਾ ਰਹੇ ਹਾਂ, ਯਸੂ ਤੇਰਾ ਪੱਲਾ ਫੜ ਕੇ ਨੀ ਮੈਂ ਤਰ ਗਈ ਔਗਣ ਹਾਰੀ। ਕੋਈ ਕਿਸੇ ਨੇ ਵੀ ਜੋ ਭਾਵੇਂ ਪਾਪੀ ਜਿੰਨੇ ਮਰਜ਼ੀ ਉਹਦੇ ਪਾਪ ਜਿਹੜੇ ਕਿਰਮਚੀ ਰੰਗ ਜਿਹੇ ਸੀਗੇ, ਪਰ ਜਦੋਂ ਯਸੂ ਮਸੀਹ ਦਾ ਪੱਲਾ ਫੜ ਲਿਆ ਉਹਦੇ ਪਾਪ ਬਰ ਫਰ ਕੇ ਚਿੱਟੇ ਹੋ ਗਏ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਔਗਣ ਹਾਰੇ ਸੀਗੇ, ਅਸੀਂ ਗੁਨਾਹਗਾਰ ਸੀ, ਪਰ ਫਿਰ ਵੀ ਉਹਨੇ ਆਪਾਂ ਨੂੰ ਮਸੀਹ ਯਸੂ ਦੇ ਨਾਮ ਦੇ ਵਿੱਚ ਸਾਨੂੰ ਗਲ ਨਾਲ ਲਾਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਆਪਾਂ ਗੀਤ ਗਾਉਣ ਜਾ ਰਹੇ ਹਾਂ, ਯਸੂ ਤੇਰਾ ਪੱਲਾ ਫੜ ਕੇ ਨੀ ਮੈਂ ਤਰ ਗਈ ਔਗਣ ਹਾਰੀ। ਯਸੂ ਤੇਰਾ ਪੱਲਾ ਫੜ ਕੇ ਨੀ ਮੈਂ ਤਰ ਗਈ ਔਗਣ ਹਾਰੀ। ਯਸੂ ਤੇਰਾ ਪੱਲਾ ਫੜ ਕੇ ਨੀ ਮੈਂ ਤਰ ਗਈ ਔਗਣ ਹਾਰੀ। ਚੜ ਗਈ ਨਾਮ ਤੇਰੇ ਦੀ ਐਸੀ ਚੜ ਗਈ, ਹੁਣ ਜਾਂਦੀ ਨਹੀਂ ਕੁਮਾਰੀ
ਨੀ ਮੈਂ ਤਰ ਗਈ ਉਹ ਗਣਹਾਰੀ ਯੇਸੂ ਤੇਰਾ ਯੇਸੂ ਤੇਰਾ ਪੱਲਾ ਫੜ ਕੇ ਯੇਸੂ ਤੇਰਾ ਯੇਸੂ ਤੇਰਾ ਪੱਲਾ ਫੜ ਕੇ ਨੀ ਮੈਂ ਤਰ ਗਈ ਉਹ ਗਣਹਾਰੀ ਹਾਲੇਲੂਯਾ ਪਰਮੇਸ਼ਵਰ ਧੰਨਵਾਦ ਕਰਦੇ ਹਾਂ ਕਿ ਅੱਜ ਦੇ ਦਿਨ ਲਈ ਅਸੀਂ ਇਕੱਠੇ ਹੋਏ ਹਾਂ ਅਸੀਂ ਪ੍ਰਭੂ ਦੀ ਮਹਿਮਾ ਦੇ ਲਈ ਗੀਤ ਗਾਵਾਂਗੇ ਦਇਆ ਦੇ ਸਾਗਰ ਯਿਸੂ ਨਾਸਰੀ ਮੇਰੇ ਤੇ ਦਇਆ ਤੁਸੀਂ ਕਰੋ ਜੀ ਹਾਲੇਲੂਯਾ ਦਇਆ ਦੇ ਸਾਗਰ ਯਿਸੂ ਨਾਸਰੀ ਮੇਰੇ ਤੇ ਦਇਆ ਤੁਸੀਂ ਕਰੋ ਜੀ ਦਇਆ ਦੇ ਸਾਗਰ ਯਿਸੂ ਨਾਸਰੀ
ਇਹ ਗੀਤ ਬੋਲਣ ਜਾ ਰਹੇ ਹਾਂ। ਮੱਤੀ ਦੀ ਅੰਜੀਲ ਵਿੱਚ ਦੱਸੇ ਤੋੜੇ ਆ, ਸੱਦੇ ਹੋਏ ਬਹੁਤ, ਚੁਣੇ ਹੋਏ ਥੋੜੇ ਆ। ਵਾਕਿਆ ਹੀ ਇਹ ਸਾਨੂੰ ਯਿਸੂ ਦਾ ਵਚਨ ਦੱਸਦਾ ਆ ਵੀ ਸੱਦੇ ਹੋਏ ਤਾਂ ਬਹੁਤ ਆ, ਚੁਣੇ ਹੋਏ ਬਹੁਤ ਘੱਟ ਆ। ਤੋ ਅਸੀਂ ਗੀਤ ਰਾਹੀਂ ਦੱਸਦੇ ਹਾਂ, ਮਤਲਬ ਖੁਦਾ ਦੀ ਵਡਿਆਈ ਕਰਦੇ ਹਾਂ। ਮੱਤੀ ਦੀ ਅੰਜੀਲ ਵਿੱਚ ਦੱਸੇ ਤੋੜੇ ਆ, ਸੱਦੇ ਹੋਏ ਬਹੁਤ, ਚੁਣੇ ਹੋਏ ਥੋੜੇ ਆ। ਮੱਤੀ ਦੀ ਅੰਜੀਲ ਵਿੱਚ ਦੱਸੇ ਤੋੜੇ ਆ, ਸੱਦੇ ਹੋਏ ਬਹੁਤੇ, ਚੁਣੇ ਹੋਏ ਥੋੜੇ ਆ। ਮੱਤੀ ਦੀ ਅੰਜੀਲ ਵਿੱਚ ਦੱਸੇ ਤੋੜੇ ਆ, ਸੱਦੇ ਹੋਏ ਬਹੁਤੇ, ਚੁਣੇ ਹੋਏ ਥੋੜੇ ਆ। ਚੁਣੇ ਹੋਏ ਥੋੜੇ ਆ ਬਈ।
ਵੱਡਿਆ ਗੁਨਾਹ ਚੁੱਲੀ ਉੱਤੇ ਟੰਗਿਆ ਯੇਸੂ ਦਾ ਕਲਾਮ ਤੋਬਾ ਕਰ ਬੰਦਿਆ ਤੋਬਾ ਕਰ ਬੰਦਿਆ ਸਾਡਿਆ ਗੁਨਾਹ ਚੁੱਲੀ ਉੱਤੇ ਟੰਗਿਆ ਯੇਸੂ ਦਾ ਕਲਾਮ ਤੋਬਾ ਕਰ ਬੰਦਿਆ ਤੋਬਾ ਕਰ ਬੰਦਿਆ ਕਰਦੀ ਵਰਦੇ ਮੁਰਗੇ ਵੀ ਯੇਸੂ ਨੇ ਤੋੜਿਆ ਸੱਦੇ ਹੋਏ ਬਹੁਤੇ ਚੁਣੇ ਹੋਏ ਤੋੜਿਆ ਬਈ ਚੁਣੇ ਹੋਏ ਤੋੜਿਆ ਮੱਤੀ ਦੀ ਅੰਜੀਰ ਵਿੱਚ ਜੱਗੇ ਤੋੜਿਆ ਸੱਦੇ ਹੋਏ ਬਹੁਤੇ ਚੁਣੇ ਹੋਏ ਤੋੜਿਆ ਬਈ ਚੁਣੇ ਹੋਏ ਤੋੜਿਆ ਮੱਤੀ ਦੀ ਅੰਜੀਰ ਵਿੱਚ ਜੱਗੇ ਤੋੜਿਆ ਸੱਦੇ ਹੋਏ ਬਹੁਤੇ ਚੁਣੇ ਹੋਏ ਤੋੜਿਆ ਬਈ ਚੁਣੇ ਹੋਏ ਤੋੜਿਆ ਬਈ ਚੁਣੇ ਹੋਏ ਤੋੜਿਆ ਹਾਲੇਲੂਯਾ ਹਾਲੇ ਹਾਲੇਲੂਯਾ ਅਸੀਂ ਬਹੁਤ ਧੰਨਵਾਦੀ ਹਾਂ ਖੁਦਾਵੰਦ ਦੇ ਪਿਤਾ ਪਰਮੇਸ਼ਵਰ ਦੇ ਅਤੇ ਉਹਨਾਂ ਸਾਰੇ ਸੁਣਨ ਵਾਲਿਆਂ ਦੇ ਜਿਨ੍ਹਾਂ ਨੇ ਗਲੋਰੀ ਟੀਵੀ 'ਤੇ ਨਾਲ ਗੀਤਾਂ ਭਜਨ ਸੁਣਿਆ ਅਤੇ ਬਹੁਤ ਬਰਕਤ ਪਾਈ ਹੋਊਗੀ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਅੱਗੇ ਤੋਂ ਵੀ ਖੁਦਾ ਦੀ ਖਿਦਮਤ ਦੇ ਲਈ ਗੀਤ ਭਜਨ ਅਸੀਂ ਪੇਸ਼ ਕਰ ਦੇਵਾਂਗੇ ਸਾਡੀ ਸਾਰੀ ਇਟਲੀ ਦੀ ਪਲੀਸਿਆ ਵੱਲੋਂ ਸਾਰਿਆਂ ਨੂੰ ਜੈ ਮਸੀਹ ਜੀ ਜੈ ਮਸੀਹ ਜੀ